ਲਓ ਜੀ, ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਸਭ ਦੀਆਂ ਨਿੱਜੀ ਜ਼ਿੰਦਗੀਆਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੋ ਰਹੀਆਂ ਨੇ, ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ ਨਿੱਜੀ ਜ਼ਿੰਦਗੀ ਵਾਇਰਲ ਹੁੰਦੀ ਹੈ ਤੇ ਉਹਨਾਂ ਲੋਕਾਂ ਦੀ ਕਿੰਨੀ ਕੁ ਇੱਜ਼ਤ ਰਹਿ ਜਾਂਦੀ ਹੈ ਇਹ ਤਾਂ ਉਹ ਖੁਦ ਹੀ ਜਾਣ ਸਕਦੇ ਨੇ, ਪਰ ਦੂਜੇ ਪਾਸੇ ਲੋਕ ਇਹਨਾਂ ਦੀਆਂ ਅਜਿਹੀਆਂ ਵੀਡੀਓ ਦੇਖ ਕੇ ਖੂਬ ਇਸ ਨੂੰ ਮਨੋਰੰਜਨ ਕਰਦੇ ਨੇ, ਕਿਉਂਕਿ ਜਿਹੜੇ ਲੋਕ ਆਪਣੇ ਘਰੇਲੂ ਗੱਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਜਾਂਦੇ ਨੇ ਤਾਂ ਇਸਦੇ ਨਾਲ ਜਿਹੜੀ ਕਿ ਇੱਜ਼ਤ ਤਾਂ ਉਹਨਾਂ ਦੀ ਤਾਰ ਤਾਰ ਹੁੰਦੀ ਹੈ, ਪਰ ਜਿਹੜੇ ਵੀਡੀਓ ਦੇਖਣ ਵਾਲੇ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਘਰਾਂ ਦੀ ਜਿਹੜੀ ਇੱਕ ਇੱਕ ਗੱਲ ਪਤਾ ਲੱਗ ਜਾਂਦੀ ਹੈ। ਜੀ ਹਾਂ, ਤਾਜ਼ੀ ਵੀਡੀਓ ਜਿਹੜੀ ਕਿ ਬੀਜੇਪੀ ਦੀ ਨੇਤਾ ਦੀ ਵਾਇਰਲ ਹੋ ਰਹੀ ਹੈ ਅਤੇ ਇਹ ਵੀਡੀਓ ਅਜਿਹੀ ਹੈ ਜਿਸ ਨੂੰ ਦੇਖ ਕੇ ਹੁਣ ਭਾਜਪਾ ਨੇਤਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਅਤੇ ਉਹ ਵੀ ਤਰ੍ਹਾਂ ਤਰ੍ਹਾਂ ਕਰਦਾ ਨਜ਼ਰ ਆ ਰਿਹਾ। ਜੀ ਹਾਂ, ਦੱਸ ਦਈਏ ਕਿ ਉਦੈਪੁਰ ਦਾ ਬੀਜੇਪੀ ਨੇਤਾ ਨਥਿਕਾ ਪਠਾਨ ਦੀ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਕਮਰੇ ਦੇ ਵਿੱਚ ਇੱਕ ਔਰਤ ਦੇ ਨਾਲ ਸਮਾਂ ਬਿਤਾਉਂਦਾ ਨਜ਼ਰ ਆ ਰਿਹਾ। ਜੀ ਹਾਂ, ਉਸਦੇ ਨਾਲ ਹਰਕਤਾਂ ਕਰਦਾ ਨਜ਼ਰ ਆ ਰਿਹਾ, ਚੰਗਾ ਅੱਗੇ ਮੇਜ਼ ਮੂਜ ਸਜਾ ਕੇ ਪੂਰਾ ਜਿਹੜਾ ਕਿ ਮਨੋਰੰਜਨ ਕੀਤਾ ਜਾ ਰਿਹਾ ਸੀ, ਜਿਸਦੀ ਕਿ ਵੈੱਡ ਦੇ ਅੰਦਰ ਦੀ ਇਹ ਵੀਡੀਓ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰ ਨੇਤਾ ਦਾ ਵੀ ਬਿਆਨ ਸਾਹਮਣੇ ਆਉਂਦਾ, ਕਾਰਵਾਈ ਕਰਨ ਦੀ ਧਮਕੀ ਦੇ ਰਿਹਾ ਕਿ ਜਿਸਨੇ ਵੀ ਮੇਰੀ ਨਿੱਜੀ ਜ਼ਿੰਦਗੀ ਦਾ ਵੀਡੀਓ ਵਾਇਰਲ ਕੀਤਾ ਮੈਂ ਉਸਦੇ ਖਿਲਾਫ ਕਾਰਵਾਈ ਕਰਾਂਗਾ। ਸਕਰੀਨ ਤੇ ਤੁਸੀਂ ਵੀ ਵੀਡੀਓ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਬੀਜੇਪੀ ਦੇ ਨੇਤਾ ਇੱਕ ਮਹਿਲਾ ਦੇ ਨਾਲ ਕਮਰੇ ਦੇ ਵਿੱਚ ਆਪਣਾ ਸਮਾਂ ਆਪਣਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ, ਜਿਸਦਾ ਇੱਕ ਵੀਡੀਓ ਸਾਹਮਣੇ ਆਇਆ ਤਾਂ ਜਦੋਂ ਵੀਡੀਓ ਨੈੱਟ ਤੇ ਅੱਗ ਵਾਂਗ ਵਾਇਰਲ ਹੋ ਜਾਂਦਾ ਤੇ ਭਾਜਪਾ ਦੇ ਵਿੱਚ ਵੀ ਹੜਕਾ ਮੱਚ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਇਸ ਨੇਤਾ ਦਾ ਬਿਆਨ ਸਾਹਮਣੇ ਆਉਂਦਾ, ਸਫਾਈ ਦਿੱਤੀ ਜਾਂਦੀ ਹੈ ਕਿ ਸਿਆਸਤ ਨਾਲ ਜੁੜੇ ਹੋਣ ਕਰਕੇ ਉਹਨਾਂ ਦੇ ਘਰੇ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਅਤੇ ਉਸਦੀ ਇਹ ਵੀਡੀਓ ਬਣਾ ਕੇ ਕਿਸੇ ਨੇ ਵਾਇਰਲ ਕੀਤਾ ਤਾਂ ਉਸਦੇ ਖਿਲਾਫ ਮੈਂ ਸਖਤ ਕਾਰਵਾਈ ਕਰਾਂਗਾ। ਵੀਡੀਓ ਸਕਰੀਨ ਤੇ ਦੇਖ ਲਈ ਤਾਂ ਆਓ ਥੋੜਾ ਬਿਆਨ ਵੀ ਸੁਣ ਲਈਏ। ਮੈਂ ਉਨ ਚੈਨਲ ਵਾਲੇ ਸੇ ਵੀ ਯੇ ਕਹਿਣਾ ਚਾਹਤਾ ਹੂੰ ਕਿ ਆਪਨੇ ਜੋ ਵੀ ਖਬਰ ਛਾਪੀ ਆ ਵੀਡੀਓ ਡਾਲਾ, ਕਮ ਸੇ ਕਮ ਮੇਰਾ ਸਪਸ਼ਟੀਕਰਨ ਲੈ ਲੇਤੇ ਤੋ ਜ਼ਿਆਦਾ ਅੱਛਾ ਰਹਤਾ। ਯੇ ਮੁਝੇ ਬਦਨਾਮ ਕਰਨੇ ਔਰ ਰਾਜਨੀਤਿਕ ਜੀਵਨ ਕੋ ਖਤਮ ਕਰਨੇ ਕੇ ਲੀਏ ਬੁਰੀ ਨੀਅਤ ਰੱਖਤੇ ਹੋਏ ਯੇ ਕੋਸ਼ਿਸ਼ ਕੀ ਗਈ ਹੈ। ਮੈਂ ਉਨ ਲੋਗੋ ਕੇ ਖਿਲਾਫ਼ ਕਾਨੂੰਨੀ ਕਾਰਵਾਈ ਕਰੂੰਗਾ। ਖੈਰ, ਵੀਡੀਓ ਵੀ ਤੁਸੀਂ ਦੇਖ ਲਈ ਤੇ ਹੁਣ ਭਾਜਪਾ ਦੇ ਨੇਤਾ ਦਾ ਬਿਆਨ ਵੀ ਤੁਸੀਂ ਸੁਣ ਲਿਆ। ਖੈਰ, ਦੇਖਿਆ ਜਾਵੇ ਤਾਂ ਲਗਾਤਾਰ ਜਿਹੜੇ ਕਿ ਅਜਿਹੇ ਮਾਮਲੇ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਜਦੋਂ ਦਾ ਸੋਸ਼ਲ ਮੀਡੀਆ ਲੋਕਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹਨਾਂ ਦੇ ਜਿਹੜੀਆਂ ਗੁਪਤ ਗੱਲਾਂ ਨੇ ਜਾਂ ਜਿਹਨਾਂ ਦੇ ਆਪਣੇ ਪ੍ਰਾਈਵੇਟ ਗੱਲਾਂ ਹੁੰਦੀਆਂ ਨੇ ਤਾਂ ਅੱਜ ਕੱਲ੍ਹ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੋਣ ਲੱਗੀਆਂ ਨੇ, ਜਿਹਦੇ ਚੱਲਦੇ ਆਏ ਦਿਨ ਕਿਸੇ ਨਾ ਕਿਸੇ ਪਰਿਵਾਰ ਦਾ ਘਰੇਲੂ ਮਸਲਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਨਤਕ ਹੁੰਦਾ ਨਜ਼ਰ ਆ ਰਿਹਾ। ਸੋਸ਼ਲ ਮੀਡੀਆ ਦਾ ਲੋਕਾਂ ਨੇ ਸਹੀ ਇਸਤੇਮਾਲ ਘੱਟ ਅਤੇ ਗਲਤ ਇਸਤੇਮਾਲ ਸਭ ਤੋਂ ਵੱਧ ਕੀਤਾ, ਜਿਸ ਕਰਕੇ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਖਿਲਾਰੇ ਪੈਂਦੇ ਨਜ਼ਰ ਆ ਰਹੇ ਨੇ।